ਕਬੀਰ ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗੈ ਚਿਤਾਰੇ ਜੈਸੇ ਬੰਚ ਰਾਇ ਕੂੰਜ ਮਨ ਮਾਇਆ ਮਮਤਾ ਰੇ ਹੇ ਕਬੀਰ ਕੂੰਜ ਚੋਗਾ ਚੁਗਦੀ ਹੈ ਅਤੇ ਆਪਣੇ ਬੱਚਿਆਂ ਦਾ ਵੀ ਚੇਤਾ ਕਰਦੀ ਹੈ ਮੋੜ ਚੁਗਦੀ ਹੈ ਚੋਗਾ ਵੀ ਚੁਗਦੀ ਹੈ ਅਤੇ ਬੱਚਿਆਂ ਦਾ ਚੇਤਾ ਵੀ ਕਰਦੀ ਹੈ ਜਿਵੇਂ ਕੂੰਜ ਦੀ ਸੁਰਤ ਹਰ ਵੇਲੇ ਆਪਣੇ ਬੱਚਿਆਂ ਵਿੱਚ ਰਹਿੰਦੀ ਹੈ ਤੇਵੇਂ ਹੈ پائی ਮਨੁੱਖ ਦਾ ਮਨ ਮਾਇਆ ਦੀ ਮਲਕੀਆ ਦੀ टाੰਗ ਵਿੱਚ ਟਿਕਿਆ ਰਹਿੰਦਾ ਹੈ ਕਬੀਰ ਅੰਬਰ ਕੰਨ ਹਰ ਛਾਇਆ ਬਰਖ ਪਰੇ ਸਰਤਾਲ ਏ ਕਬੀਰ ਵਰਖਾ ਰੁੱਤੇ ਬੱਦਲਾ ਆਕਾਸ਼ ਵਿੱਚ ਚਾਰ ਚੁਫੇਰੇ ਵਿਛ ਜਾਂਦਾ ਹੈ ਵਰਖਾ ਕਰਕੇ ਨਿੱਕੇ ਵੱਡੇ ਸਾਰੇ ਸਰੋਵਰ ਤਲਾਬ ਭਰ ਦਿੰਦਾ ਹੈ ਚਾਤਿਰਕ ਜਿਉਂ ਤਰਸਤ ਰਹਿ ਹੈ ਤਿਲ ਕੋ ਕੌ ਨ ਹਵਾਲ ਮਾਇਆ ਦੀ ਮਮਤਾ ਵਿੱਚ ਫਸੇ ਹੋਏ ਜੀਵ ਪਪੀਹੇ ਵਾਂਗ ਤਰਲੇ ਲੈਂਦੇ ਹਨ ਅਤੇ ਉਹਨਾਂ ਦਾ ਸਦਾ ਮੰਦਾ ਹਾਲ ਹੀ ਰਹਿੰਦਾ ਹੈ ਕਬੀਰ ਚੱਕੇ ਜੋਨਿਸ ਬਿਛੁਰਾ ਆਏ ਮਿਲੈ ਪਰ ਬਾਤ ਏ ਕਬੀਰ ਚੱਕਵੇ ਜਦੋਂ ਰਾਤ ਨੂੰ ਆਪਣੇ ਚੁੱਕਵੇ ਤੋਂ ਵਿਛੜਦੀ ਹੈ ਤਾਂ ਸਵੇਰ ਸਾਰ ਮੁੜ ਆ ਮਿਲਦੀ ਹੈ ਜੋ ਨਾਰ ਵਿਚਰੇ RAM ਸਿਓ ਨਾ ਦਿਨ ਮਿਲੇ ਨਾ ਰਾਤ ਜੋ ਮਨੁਕ ਪ੍ਰਭੂ ਤੋਂ ਵਿਛੜਦੇ ਹਾਨ ਓ ਨਾ ਦਿਨੇ ਮਿਲ ਸਕਦੇ ਹਾਨ ਨਾ ਰਾਤ ਨੂੰ ਕਬੀਰ ਰਹਿ ਨਾਇਰ ਬਿਛੋਰੀਆ ਰਹੁਰੇ ਸੰਖਮਚੂਰ ਏ ਕਬੀਰ ਆਖ ਸਮੁੰਦਰ ਤੋਂ ਵਿਛੜੇ ਹੋਏ ਏ ਸੰਖ ਸਮੁੰਦਰ ਦੇ ਵਿੱਚ ਹੀ ਟਿਕਿਆ ਰਹੁ ਦੇਵਲ ਦੇਵਲ ਤਾ ਹੜੀ ਦੇਸੇ ਕੋਗਵਤ ਸੂਰ ਨਹੀਂ ਤਾਂ ਹਰ ਰੋਜ ਸੂਰਜ ਚੜਦੇ ਸਾਰ ਹਰੇਕ ਮੰਦਰ ਵਿੱਚ ਡਰਾਉਣੀ ਢਾ ਮਾਰੇਗਾ ਕਬੀਰ ਸੁੱਤਾ ਕਿਆ ਕਰੇ ਜਾਗ ਰੋਏ ਭੈ ਦੁਖ ਏ ਕਬੀਰ ਸੁੱਤਾ ਹੋਇਆ ਕੀ ਕਰ ਰਿਆ ਹੈ ਪ੍ਰਭੂ ਦੀ ਯਾਦ ਵਿੱਚ ਹੁਸ਼ਿਆਰ ਹੋ ਅਤੇ ਸਹਿਮਾਤੇ ਕਲੇਸ਼ਾ ਤੋਂ ਖਲਾਸੀ ਹਾਸਲ ਕਰ ਜਾ ਕਾ ਬਾਸਾ ਗੌਰ ਮਹਿ ਸੋ ਕਿਉ ਸੋ ਵੈ ਸੁਖ ਜਿਸ ਮਨੁਖ ਦਾ ਵਾਸ ਸਦਾ ਜੇਹੀ ਕਬਰ ਵਿੱਚ ਰਹੇ ਓ ਕਦੇ ਸੁਖੀ ਜੀਵਨ ਜਿਉਂਦਾ ਨਹੀਂ ਕਿਹਾ ਜਾ ਸਕਦਾ ਕਬੀਰ ਸੋਤਾ ਕਿਆ ਕਰੇ ਉੱਠ ਕੇ ਨਾ ਜਪੇ ਮੂਰਾਰ ਏ ਕਬੀਰ ਮਾਇਆ ਦੇ ਮੋ ਵਿੱਚ ਮਸਤ ਹੋ ਕੇ ਕਿਉਂ ਉਮਰ ਅਜਾਈ ਗਵਾ ਰਿਆ ਹੈ ਇਸ ਮੌਨੇ ਦੇ ਵਿੱਚੋਂ ਹੁਸ਼ਿਆਰ ਹੋ ਕੇ ਕਿਉਂ ਪਰਮਾਤਮਾ ਦਾ ਸਿਮਰਾਨ ਨਹੀਂ ਕਰਦਾ ਇੱਕ ਦਿਨ ਸੋਵਨ ਹੋਏਗਾ ਲਾਂਬੇ ਕੋ ਦੇ ਪਸਾਰ ਇੱਕ ਦਿਨ ਅਜਿਹਾ ਬੇਬਸ ਹੋ ਕੇ ਸੋਣਾ ਪਏਗਾ ਕਿ ਮੁੜ ਉੱਠਿਆ ਹੀ ਨਹੀਂ ਜਾ ਸਕੇਗਾ ਇੱਕ ਦਿਨ ਸਦਾ ਦੀ ਨੀਂਦਰੇ ਸੋਣਾ ਪਏਗਾ ਕਬੀਰ ਸੋਤਾ ਕੀ ਕਰੇ ਬੈਠਾ ਰਹੋ আর ਜਾਗ হে ਕਬੀਰ ਮਾਇਆ ਦੇ ਮੋਹ ਵਿੱਚ ਮਸਤ ਹੋ ਕੇ ਕਿਉਂ ਉਮਰ ਆ ਜਾਈਂ ਗਵਾਰਿਆਂ ਹੈ ਹੁਸ਼ਿਆਰ ਹੋ ਮਮਤਾ ਦੀ ਨੀਂਦ ਦੇ ਹੁਲਾਰੇ ਵੱਲੋਂ ਸੁਚੇਤ ਰਹੋ ਜਾ ਕੇ ਸੰਗਤੇ ਬੀਛੁਰਾ ਤਾਹੀ ਕੇ ਸੰਗ ਲਾਗ ਜਿਸ ਪ੍ਰਭੂ ਦੀ ਯਾਤੋਂ ਵਿਛੜਿਆ ਹੋਇਆ ਹੈ ਅਤੇ ਇਹ ਸਹਿਮ ਅਤੇ ਕਲੇਸ਼ ਸਹਾਰਿਆ ਹੈ ਉਸੇ ਪ੍ਰਭੂ ਦੇ ਚਰਨਾ ਵਿੱਚ ਜੁੜਿਆ ਰਹੋ ਕਬੀਰ ਸੰਤ ਕੀ ਗੈਰ ਨਾ ਛੋਡੀਐ ਮਾਰਗ ਲਾਗਾ ਜਾਓ ਏ ਕਬੀਰ ਹੋ ਰਸਤਾ ਨਾ ਛੱਡੀਏ ਜਿਸ ਉਤੇ ਸੰਤ ਗੁਰਮੁਖ ਤੁਰਦੇ ਹਨ ਉਹਨਾਂ ਦੇ ਰਸਤੇ ਉਤੇ ਤੁਰੇ ਚੱਲਣਾ ਚਾਹੀਦਾ ਹੈ ਭੇਖਤ ਹੀ ਪੂਨੀਤ ਹੋਏ ਭੇਟਤ ਜਪੀਐ ਨਾਮ ਸੰਤਾਂ ਗੁਰੂ ਮਖਾਦਾ ਦਰਸ਼ਨ ਕੀਤੇ ਆ ਮਨ ਪਵਿੱਤਰ ਹੋ ਜਾਂਦਾ ਹੈ ਉਹਨਾਂ ਦੇ ਪਾਸ ਬੈਠਿਆਂ ਪਰਮਾਤਮਾ ਦਾ ਨਾਮ ਸਿਮਰੀਦਾ ਹੈ ਸਿਮਰਨ ਦਾ ਸ਼ੌਂਕ ਪੈਦਾ ਹੋ ਜਾਂਦਾ ਹੈ ਕਬੀਰ ਸਾਖਤ ਸੰਗਲਾ ਕੀ ਜੀਏ ਦੂਰ ਹੈ ਜਾਈਏ ਭਾਗ ਇਹ ਕਬੀਰ ਰੱਬ ਨਾਲੋਂ ਟੁੱਟੇ ਹੋਏ ਬੰਦਿਆ ਦੀ ਸੌਬਤ ਨਹੀਂ ਕਰਨੀ ਚਾਹੀਦੀ ਉਸ ਤੋਂ ਦੂਰ ਹੀ ਹਟ ਜਾਣਾ ਚਾਹੀਦਾ ਹੈ વાસਨਕਾਰੋ ਪਰਸੀਐ ਤੋ ਕਛ ਲਾਗੈ ਤਾਗ ਜੇ ਕਿਸੇ ਕਾਲੇ ਭਾਂਡੇ ਨੂੰ ਛੋਹੀਏ ਤਾ ਥੋੜਾ ਬੋਤਾ ਦਾਗ ਲੱਗ ਹੀ ਜਾਂਦਾ ਹੈ ਕਬੀਰਾ RAM ਨਾ ਚੇਤਿਓ ਜਰਾ ਪਹੁੰਚਿਓ ਆਇ ਏ ਕਬੀਰ ਪਰ ਜੇ ਜਵਾਨੀ ਵਿੱਚ ਪਰਮਾਤਮਾ ਦਾ ਪਾਜਨ ਨਾ ਕੀਤਾ ਉਤੋਂ ਬਡੇਪਾ ਆ ਆਪੜਿਆ ਲਾਗੀ ਮੰਦਰ ਦਵਾਰ ਤੇ ਅਬ ਕਿਆ ਕਾਢਿਆ ਜਾਏ ਜੇ ਕਿਸੇ ਘਰ ਨੂੰ ਬੂਹੇ ਵੱਲੋਂ ਹੀ ਅੱਗ ਲੱਗ ਜਾਏ ਤਾਂ ਉਸ ਵੇਲੇ ਘਰ ਵਿੱਚੋਂ ਬਹੁਤਾ ਕੁਝ ਸੜਨੋਂ ਬਚਾਇਆ ਨਹੀਂ ਜਾ ਸਕਦਾ ਕਬੀਰ ਕਾਰਨ ਸੋਪਿਓ ਜੋ ਕੀ ਨੋ ਕਰਤਾਰ ਏ ਕਬੀਰ ਸਬਬ ਉਹੀ ਬਣਦਾ ਹੈ ਜੋ ਕਰਤਾਰ ਆ ਬਣਾਏ ऐसे बिना दोसर कौन ही एक है सृजनहार उस परमात्मा तो बिना और कोई नहीं सिर्फ सृष्टि ਦਾ ਰਚਨਹਾਰ ਆਪ ਹੀ ਇਹ ਸਬਬ ਬਣਾਉਣ ਜੋਗਾ ਹੈ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਆਂਬ हे कबीर ਅੰਬਾ ਦੇ ਬੂਟਿਆਂ ਨੂੰ ਪਹਿਲਾਂ ਫਲ ਲੱਗਦੇ ਹਨ ਅਤੇ ਸਜੇ ਸਾਜੇ ਫਿਰ ਉਹ ਪੱਕਣੇ ਸ਼ੁਰੂ ਹੁੰਦੇ ਹਨ ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਹੀ ਕਾਮ ਪੱਕਣ ਤੋਂ ਪਹਿਲਾਂ ਜੇ ਇਹ ਅੰਬ ਹਨੇਰੀ ਆਦਿਕ ਨਾਲ ਟਹਿਣੀ ਨਾਲੋਂ ਹਿਲ ਨਾ ਜਾਣ ਤਾਂ ਹੀ ਮਾਲਕ ਤੱਕ ਆਪੜਦੇ ਹਨ ਕਬੀਰ ਠਾਕੁਰ ਪੂਜੋ ਮੋਲ ਲੈ ਮਨ ਹਟ ਤੀ ਰਥ ਜਾਹੇ اے ਕਬੀਰ ਜੋ ਲੋਕ ਠਾਕੁਰ ਦੀ ਮੂਰਤੀ ਮੁੱਲ ਲੈ ਕੇ ਉਸ ਦੀ ਪੂਜਾ ਕਰਦੇ ਹਨ ਹਾਤੇ ਮਾਨ ਦੇ ਹਟ ਨਾਲ ਤੀਰਥਾਂ ਤੇ ਜਾਂਦੇ ਹਨ ਦੇਖਾ ਦੇਖੀ ਸਾਂਗ ਧਰ ਭੋਲੇ ਪਟਕਾ ਖਾਏ ਇੱਕ ਦੂਜੇ ਨੂੰ ਇਹ ਕੰਮ ਕਰਦਿਆਂ ਵੇਖ ਕੇ ਸਾਂਗ ਬਣਾਈ ਜਾਂਦੇ ਹਨ ਸਹੀ ਰਾਤੋਂ ਖੁੰਝੇ ਹੋਏ ਇਹ ਲੋਕ ਪਟਕਦੇ ਹਨ ਕਬੀਰ ਪਾਹੁਨ ਪਰਮੇਸ਼ਰ ਕੀਆ ਪੂਜਾ ਸਭ ਸੰਸਾਰ ਏ ਕਬੀਰ ਪੰਡਤਾ ਦੇ ਪਿੱਛੇ ਲੱਗਾ ਹੋਇਆ ਇਹ ਸਾਰਾ ਜਗਤ ਪੱਥਰ ਦੀ ਮੂਰਤੀ ਨੂੰ ਪਰਮੇਸ਼ਰ ਮੰਤਰਿਆ ਹੈ ਅਤੇ ਇਸ ਦੀ ਪੂਜਾ ਕਰ ਰਿਹਾ ਹੈ। ਇਸ ਪਰਵਾਸੀ ਜੋ ਰਹੇ ਬੁੱਢੇ ਕਾਲੀ ਤਾਂ ਜਨਮੁੱਖਾਂ ਨੂੰ ਇਹ ਖਿਆਲ ਬਣਿਆ ਹੋਇਆ ਹੈ ਕਿ ਪੱਥਰ ਨੂੰ ਪੂਜ ਕੇ ਉਹ ਪਰਮਾਤਮਾ ਦੀ ਭਗਤੀ ਕਰ ਰਹੇ ਹਨ। ਉਹ ਡੂੰਘੇ ਪਾਣੀਆਂ ਵਿੱਚ ਡੋਬੇ ਸਮਝੋ। ਕਬੀਰ ਕਾਗਤ ਕੀ ਉਪਰੀ ਮਸ ਕੇ ਕਰਮ ਕਪਾਟ। ਏ ਕਬੀਰ ਇਹਨਾ ਪੰਡਤਾਂ ਦੇ ਸ਼ਾਸਤਰ ਮਾਨੋ ਕੈਦਖਾਨਾ ਹਨ। ਇਹਨਾ ਸ਼ਾਸਤਰਾ ਵਿੱਚ ਸਹੀ ਨਾਲ ਲਿਖੀ ਹੋਈ ਕਰਮ ਕਾਂਡ ਦੀ ਮਰਿਆਦਾ ਮਾਨੋ ਉਸ ਕੈਦਖਾਨੇ ਦੇ ਬੰਦ ਦਰਵਾਜ਼ੇ ਹਨ। ਪਾਹਨ ਪੋਰੀ ਪ੍ਰਥਮੀ ਪੰਡਤ ਪਾੜੀ ਪਾੜ। ਪੱਥਰ ਦੀਆਂ ਮੂਰਤੀਆਂ ਨੇ ਧਰਤੀ ਨੇ ਬੰਦਿਆ ਨੂੰ ਸੰਸਾਰ ਸਮੁੰਦਰ ਵਿੱਚ ਡੋਪ ਦਿੱਤਾ ਹੈ। ਪੰਡਤ ਲੋਕ ਡਾਕੇ ਮਾਰੇ ਹਨ। ਕਬੀਰ ਕਾਲ ਕਰਨਤਾ ਅਬਹਿਕਰ ਆਪ ਕਰਤਾ ਸੋਇ ਤਾਲ। हे ਕਬੀਰ ਭਲਕੇ ਸਿਮਰਨ ਕਰਾਂਗਾ। ਇਹ ਸਲਾਹ ਕਰਦਾ ਹੁਣੇ ਹੀ ਸਿਮਰਨ ਕਰ। ਭਲਕੇ ਸਿਮਰਨ ਸ਼ੁਰੂ ਕਰਨ ਦੇ ਥਾ ਹੁਣੇ ਹੀ ਸ਼ੁਰੂ ਕਰ ਦੇ। पाछे कछु ना होएगा जो सिर पर आवे काल ਜਦੋਂ ਮੌਤ ਸਿਰ ਤੇ ਆ ਜਾਂਦੀ ਹੈ ਉਸ ਵੇਲੇ ਸਮਾ ਵਿਹਾ ਜਾਣ ਤੇ ਕੁਝ ਨਹੀਂ ਹੋ ਸਕਦਾ ਕਬੀਰ ਐਸਾ ਜੰਤ ਇੱਕ ਦੇਖਿਆ ਜੈਸੀ ਧੋਈ ਲਾਖ ਏ ਕਬੀਰ ਮੈਂ ਇੱਕ ਅਜਿਹਾ ਮਨੁੱਖ ਵੇਖਿਆ ਉਹ ਬਾਹਰੋਂ ਵੇਖਣ ਨੂੰ ਧੋਤੀ ਹੋਈ ਚਮਕਦੀ ਲਾਖ ਵਰਗਾ ਸੀ ਦੇ ਸਚ ਚੰਚਲ ਬਹੁ ਗੁਣਾ ਮਤ ਹੀ ਨਾ ਨਾਪਾਕ ਪ੍ਰਬੋਦੀ ਯਾਤੋਂ ਖੁੰਜਿਆ ਹੋਇਆ ਮਨੁੱਖ ਭਾਵੇਂ ਬਹੁਤ ਹੀ ਚੁਸਤ ਚਲਾਕ ਦਿਖਦਾ ਹੋਵੇ ਪਰ ਉਹ ਅਸਲ ਵਿੱਚ ਅਕਲ ਤੋਂ ਸਖਣਾ ਹੁੰਦਾ ਹੈ ਕਿਉਂਕਿ ਪ੍ਰਭੂ ਤੋਂ ਵਿਛੜ ਕੇ ਉਸਦਾ ਜੀਵਨ ਗੰਦਾ ਹੁੰਦਾ ਹੈ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਿਸਕਾਰ हे कबीर मेरी अकल नु जमराज वी फटकार नहीं पांदा जिन एहे जमवा सिर जिया सो जपिया परबदिगार क्योंकि मैं उस पालनहार प्रभु नु सिमरया है जिसने इस विचारे जम नु पैदा कीता है कबीर कस्तूरी पया भवर भए सबदास परमात्मा इओ प्रतीत हुंदा है जिमे कस्तूरी है ਸਾਰੇ ਭਗਤ ਉਸ ਦੇ ਪੋਰੇ ਪਣ ਜਾਂਦੇ ਹਨ ਜਿਉਂ-ਜਿਉਂ ਭਗਤ ਕਬੀਰ ਕੀ ਤਿਉਂ-ਤੋਂ ਰਾਮ ਨਿਵਾਸ ਜਿਉਂ-ਜਿਉਂ ਉਹ ਪਰਮਾਤਮਾ ਦੀ ਭਗਤੀ ਕਰਦੇ ਹਨ ਤਿਉਂ-ਤਿਉਂ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ